ਪਹਿਨ ਪੰਜਾਬ ਆਪਾਂ ਗੱਲ ਕਰੀਏ ਤਾਂ ਨਸ਼ਾ ਬਹੁਤ ਵੱਡਾ ਮੁੱਦਾ ਮਾਲਵੇ ਦੀ ਗੱਲ ਕਰੀ ਤਾਂ ਮਾਲਵੇ ਤਾਂ ਗੜ ਮੰਨਿਆ ਜਾਂਦਾ ਚਿੱਟੇ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਜਦੋਂ ਸਾਢਸੀ ਸਰਕਾਰ ਚਾਹੀ 17 ਚ ਉਦੋਂ ਪਹਿਲਾਂ ਇਹ ਹੱਟੀਆਂ ਦੇ ਉੱਤੇ ਪਿੰਡਾਂ ਦੀਆਂ ਹੱਟੀਆਂ ਦੇ ਆਮ ਵੇਖਦਾ ਸੀ ਕਰੀਆਨੀ ਦਾ ਸਮਾਨ ਨਹੀਂ ਸੀ ਵੇਖਦਾ ਚਿੱਟਾ ਜਿੱਤੋਂ ਮਰਜ਼ੀ ਲੈ ਲਓ ਅਸੀਂ ਲੱਕ ਤੋੜਿਆ ਜੇਰੇ ਨੂੰ ਲੈ ਕੇ ਤੁਸੀਂ ਵੀ ਕੁਝ ਕਹੋਗੇ ਜਾਂ ਸੋਚਿਆ ਵੀ ਆ ਬੰਦਾ ਸੀਐਮ ਫੇਸ ਹੋਣਾ ਚਾਹੀਦਾ ਕਾਂਗਰਸ ਕੰਪੀਟੀਸ਼ਨ ਕਿਹਨੂੰ ਮੰਨਦੇ ਹੋ ਤੁਸੀਂ ਕੋਈ ਦੇਖਿਆ ਵੀ ਆ ਬੰਦਾ ਮੇਰੇ ਕੰਪੀਟੀਸ਼ਨ 'ਚ ਹੈਗਾ ਜਾਂ ਕੈਂਡੀਡੇਟ ਤੁਹਾਡੇ ਕੰਪੀਟੀਸ਼ਨ 'ਚ ਹੈਗਾ ਕੰਪੀਟੀਸ਼ਨ ਸਾਡੇ ਕਾਲੀ ਦਲ ਦੇ ਨਾਲ ਹੈ ਤੁਹਾਨੂੰ ਅੰਤਮ ਨੂੰ ਸੀਐਮ ਫੇਸ ਐਲਾਨਣ ਤੋਂ ਬਾਅਦ ਤਾਂ ਲੱਗਦਾ ਆਵਾਦੂਮੀ ਪਾਰਟੀ ਦਾਵਾ ਕਰ ਰਹੀ ਕਿ ਇਸ ਨਾਮ ਸਰਕਾਰ ਬਣਾਉਣ ਜਾ ਰਹੇ ਹਨ ਕੀ ਲੱਗਦਾ ਤੁਹਾਨੂੰ ਹਰੇਕ ਬੰਦਾ ਬੜੇ ਭਲੇਖੇ 'ਚ ਹੁੰਦਾ ਹੈ ਪੰਜਾਬ ਦੇ ਲੋਕ ਤਾਂ ਸਾਡੇ ਬਹੁਤ ਹੀ ਸੂਝਵਾਨ ਨੇ ਤੇ ਕਦੇ ਵੀ ਇਹੋ ਜੀ ਗਲਤੀ ਨਹੀਂ ਕਰਨਗੇ ਜਿਨ੍ਹਾਂ ਨੇ ਅੱਖੀ ਉਹਨਾਂ ਦਾ ਸਾਰਾ ਕੁਝ ਵੇਖਿਆ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਲੋਕ ਸਵਾਲ ਪੁੱਛਣ ਲੱਗੇ ਲੀਡਰਾਂ ਨੂੰ ਤੁਹਾਨੂੰ ਵੀ ਸਵਾਲ ਪੁੱਛਦੇ ਆ ਲੋਕ ਆਵਾਜ਼ ਲਗਾਤਾਰ ਆਪਣੇ ਭਾਸ਼ਣਾਂ ਚ ਕਰਦੇ ਹਾਂ ਕਿ ਮੈਂ ਆਪਣੇ ਹਲਕੇ ਲਈ ਬਹੁਤ ਸਾਰੇ ਕੰਮ ਜਿੰਦਾ ਤੁਸੀਂ ਕਹਿ ਰਹੇ ਸੀ ਕਿ ਸਟੇਡੀਅਮ ਬਣਾਤੇ ਕੀ ਕੁਛ ਕੰਮਕਾਜ ਕਰਤੇ ਲੋਕਾਂ ਵਾਸਤੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਮੈਂ ਆਹ ਕੰਮ ਕਰਤੇ ਜਿਹੜੇ ਪਿਛਲੇ 50 ਸਾਲਾਂ ਤੋਂ ਕੰਮ ਨਹੀਂ ਸੀ ਆਏ ਇੱਥੇ ਉਹ ਐਤ ਕੀ ਗੁਰਪੀ ਸਿੰਘ ਆਂਗਰ ਨੇ ਕੀਤੀ ਹੈ ہزارਾਂ ਏਕੜ ਜਿਹੜੀ ਆਪਣਾ ਜ਼ਮੀਨ ਸੀ ਉਹਨੂੰ ਮੈਂ ਨਹਿਰੀ ਪਾਣੀ ਦੇ ਵਿੱਚ ਤਬਦੀਲ ਕੀਤਾ ਨਹਿਰੀ ਪਾਣੀ ਉੱਥੇ ਲੈ ਕੇ ਆਏ ਆ ਉਹ ਕਹਿੰਦੇ ਸੋਚਿਆ ਤੱਕ ਨਹੀਂ ਸੀ ਸਾਡੇ ਖੇਤਾਂ 'ਚ ਇਹਨਾਂ ਤੇ ਪਾਣੀ ਆ ਜਾਊਗਾ ਹੱਸਣੇ ਲੱਗੇ ਵੀ ਤੁਸੀਂ ਤਾਂ ਟਿੱਬਿਆਂ ਤੇ ਪਾਣੀ ਚੜਾ ਦਿੱਤਾ। ਨਾਲੇ ਤਾਂ ਵੀ ਗਾਣਾ ਟਿੱਬਿਆਂ ਦਾ ਪਿੰਡ ਜ਼ਿਕਰ ਕੀਤਾ ਉਹਨੇ ਕਿਉਂਕਿ ਮਾਨਸੇਹਿਰੀਆ ਦਾ ਹੀ ਆ ਇਹ ਪੂਰਾ ਏਰੀਆ ਜਿਹੜਾ ਮਾਨਸੇਹ ਦੇ ਨੇੜੇ ਤੇਰੇ ਦਾ ਜਾਂ ਹੋਰ ਏਰੀਆ ਮੂਸਿਆਂ ਨੂੰ ਸੱਦਣਾ ਤੁਸੀਂ ਵੀ ਉਹਨੇ ਵੀ ਗਾਣੇ ਗਏ ਇਸ ਚੀਜ਼ ਨੂੰ ਲੈ ਕੇ ਤੁਹਾਡੀ ਪਾਰਟੀ ਦੇ ਵਿੱਚ ਵੀ ਆ ਗਏ ਹੁਣ ਬਿਲਕੁਲ ਵੈਲਕਮ ਉਹਨੂੰ ਉਹਨੇ ਆ ਕੇ ਸਾਡੀ ਪਾਰਟੀ ਦਾ ਨਾਮ ਉੱਚਾ ਕੀਤਾ ਥੋੜਾ ਬਹੁਤ ਵਿਰੋਧ ਵੀ ਹੋਇਆ ਉਸ ਸੀਨ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਕੁਝ ਇੱਕ ਲੋਕ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਕਾਇਨਿਤਿਕ ਇਹ ਹੀ ਚੀਜ਼ ਹੈ ਇਹਦੇ ਵਿੱਚ ਮਤਲਬ ਪਿਆਰ ਕਰਨ ਵਾਲੇ ਲੋਕ ਵੀ ਬੜੇ ਹੁੰਦੇ ਆ ਤਾਂ ਚੱਕਰ ਨਾਲ ਜਾਂਦੇ ਆ ਵਿਰੋਧੀ ਚ ਵੀ ਪੰਜ ਸਾਲ ਕਾਂਗਰਸ ਦੀ ਸਰਕਾਰ ਰਹੀ ਤੇ ਕਾਂਗਰਸ ਦੇ ਉਮੀਦਵਾਰ ਰਾਮਪੁਰਾ ਫੂਲ ਤੋਂ ਗੁਰਪ੍ਰੀਤ ਸਿੰਘ ਕੰਗੜ ਸਾਡੇ ਨਾਲ ਨੇ ਗੱਲਬਾਤ ਇਹਨਾਂ ਦੇ ਨਾਲ ਕਰਾਂਗੇ ਕਿ ਸਰਕਾਰ ਦੇ ਵਿੱਚ ਕਿੰਨਾ ਕੰਮ ਕੀਤਾ ਹੈ ਲੋਕਾਂ ਦੇ ਵਿੱਚ ਜਾ ਰਹੇ ਨੇ ਤਾਂ ਕਿਹੜੀਆਂ ਗੱਲਾਂ ਲੈ ਕੇ ਜਾ ਰਹੇ ਨੇ ਅੱਗੇ ਹੋਵੇਗਾ ਕੀ ਇਹ ਤਾਂ ਵੋਟਰਸ ਨੇ ਤੈਅ ਕਰਨਾ ਪਰ ਕੀ ਇਹ ਗੱਲਾਂ ਜਚਾ ਪਾਉਣਗੇ ਲੋਕਾਂ ਦੇ ਮਨਾਂ ਦੇ ਵਿੱਚ ਕਿਉਂਕਿ ਲਗਾਤਾਰ ਆਪਣੇ ਹਲਕੇ ਤੋਂ ਇਲੈਕਸ਼ਨ ਲੜਦੇ ਰਹੇ ਨੇ ਗੁਰਪ੍ਰੀਤ ਸਿੰਘ ਕੰਗੜ ਸਾਡੇ ਨਾਲ ਨੇ ਕੰਗੜ ਸਾਹਿਬ ਸਵਾਗਤ ਹੈ ਪ੍ਰੋਪਨਯਮ ਵੈਲਕਮ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਹੜੀ ਕਿਹੜੀ ਚੀਜ਼ਾਂ ਲੈ ਕੇ ਜਾ ਰਹੇ ਹਾਂ ਮੈਂ ਹੋਰ ਚੀਜ਼ਾਂ ਵੀ ਕਰਨੀਆਂ ਪਹਿਲਾਂ ਤਾਂ ਇਹ ਦੱਸੋ ਕਿ ਲੋਕਾਂ ਦੇ ਵਿੱਚ ਵਿਚਰ ਰਹੇ ਹਾਂ ਲੋਕ ਸਵਾਲ ਪੁੱਛਣ ਲੱਗੇ ਲੀਡਰਾਂ ਨੂੰ ਤੁਹਾਨੂੰ ਵੀ ਸਵਾਲ ਪੁੱਛਦੇ ਆ ਲੋਕ ਵੇਖੋ ਸਵਾਲ ਪੁੱਛਣਾ ਲੋਕਾਂ ਦਾ ਫਰਜ਼ ਹੈ ਲੋਕਤੰਤਰੀ ਰਾਜ ਦੇ ਵਿੱਚ ਸਾਨੂੰ ਹਰ ਇੱਕ ਗੱਲ ਉਹਨਾਂ ਦਾ ਪੁੱਛਣ ਦਾ ਅਧਿਕਾਰ ਹੈ ਤੇ ਸਾਨੂੰ ਬੜੇ ਪਿਆਰ ਸਤਿਕਾਰ ਨਾਲ ਉਹਨਾਂ ਦਾ ਜਵਾਬ ਦੇਣਾ ਚਾਹੀਦਾ ਹੈ ਤੇ ਮੈਂ ਇਹ ਕਦੇ ਵੀ ਵਾਸਤੇ ਨਹੀਂ ਇਹ ਹੋਇਆ ਵੀ ਜੇ ਕਿਸੇ ਨੇ ਮੇਰੇ ਤੋਂ ਪਹਿਣ ਭਰਾ ਨੇ ਕਿਸੇ ਪਿੰਡ ਦੇ ਵਿੱਚ ਪਹਿਲੀ ਗੱਲ ਤਾਂ ਹਾਲ ਇਹ ਜੀ ਗੁਰੂ ਮਹਾਰੇ ਦੀ ਕਿਰਪਾ ਨਾਲ ਕਿਤੇ ਇਹ ਜੀ ਮਤਲਬ ਕੋਈ ਗਰਮਾ ਸਰਦੀ ਵਾਲਾ ਜਾਂ ਅਰਜੈਂਟਮੈਂਟ ਵਾਲਾ ਕਿਤੇ ਮੇਰੇ ਹਲਕੇ ਚ ਕਦੇ ਵੀ ਇਹ ਜਾਂ ਮੌਲ ਨਹੀਂ ਆਇਆ ਜਿਹਦੇ ਨਾਲ ਕੋਈ ਇਸੇ ਕੱਲ ਚ ਵੀ ਇਹ ਗੱਲ ਗਰਮੀ ਸਰਦੀ ਕੀਤੀ ਜਾਵੇ ਤੇ ਪਰਨਾ ਜਿਹੜਾ ਜਨਤਾ ਦਾ ਪੁੱਛਣਾ ਹੱਕ ਉਹ ਜ਼ਰੂਰ ਪੁੱਛਣਾ ਚਾਹੀਦਾ ਉਹਨਾਂ ਅਰ ਤੁਸੀਂ ਸਵਾਲ ਲੋਕ ਜੇ ਤੁਸੀਂ ਜਾਣਿਓ ਹਲਕੇ ਦੇ ਵਿੱਚ ਕੰਮ ਕਾਜਾਂ ਨੂੰ ਲੈ ਕੇ ਹਾਲਾਂਕਿ ਤੁਸੀਂ ਦਾਵਾ ਲਗਾਤਾਰ ਆਪਣੇ ਭਾਸ਼ਣਾਚ ਕਰਦੇ ਹੋ ਕਿ ਮੈਂ ਆਪਣੇ ਹਲਕੇ ਲਈ ਬਹੁਤ ਸਾਰੇ ਕੰਮ ਜਿਦਾਂ ਤੁਸੀਂ ਕਹਿ ਰਹੇ ਸੀ ਕਿ ਸਟੇਡੀਅਮ ਬਣਾਤੇ ਕੀ ਕੁਛ ਕੰਮ ਕਾਜ ਕਰਤੇ ਲੋਕਾਂ ਵਾਸਤੇ ਜਿਹੜੇ ਤੁਸੀਂ ਕਹਿੰਦੇ ਹੋ ਕਿ ਮੈਂ ਆ ਕੰਮ ਕਰਤੇ ਆ ਜਾ ਕੇ ਵੇਖੋ ਹੁਣ ਮੈਂ ਪਿੰਡਾਂ ਜਾ ਰਿਹਾ ਤੁਹਾਡੇ ਸਾਹਮਣੇ ਆ ਤੁਸੀਂ ਉੱਥੋਂ ਲੋਕਾਂ ਤੋਂ ਵੀ ਪੁੱਛੋਗੇ ਵੀ ਇਸ 5 ਸਾਲਾਂ ਦੇ ਵਿੱਚ ਇਸ ਲੀਡਰ ਨੇ ਤੁਹਾਡੇ ਲੀਡਰ ਨੇ ਕੀ ਕੁਛ ਕੀਤਾ ਉਹਨਾਂ ਦੀ ਜਵਾਨੀ ਸੁਣ ਲਿਓ ਵੀ ਜਿਹੜੇ ਪਿਛਲੇ 50 ਸਾਲਾਂ ਤੋਂ ਕੰਮ ਨਹੀਂ ਸੀ ਆਏ ਇੱਥੇ ਉਹ ਐਤੀ ਗੁਰਪ੍ਰੀਤ ਸਿੰਘ ਆਂਗਰ ਨੇ ਕੀਤੇ ਆ ਸਾਡੇ ਪਿੰਡਾਂ ਦੇ ਪਿੰਡ ਬੋਲਦੇ ਨੇ ਪਿਛਲੇ ਦਿਨੀ ਸਾਡੇ ਨਾਲ ਕਾਲੀ ਦਲ ਦੇ ਪਰਿਵਾਰ ਆਏ ਜੁਆਇਨ ਕੀਤਾ ਸਾਡੇ ਨਾਲ ਉਹ ਚਾਰ ਭਾਈ ਸੀ ਪੁਰਾਣੇ ਸਰਪੰਚ ਵੀ ਐ 15 18 20 ਸਾਲ ਉਹਨਾਂ ਦੇ ਘਰ ਸਰਪੰਚੀ ਵੀ ਰਹੀ ਐ ਉਹਨਾਂ ਦਾ ਇੱਕ ਬਜ਼ੁਰਗ ਉਹਨਾਂ ਦਾ ਭਾਈ ਐ ਇੱਕ ਵੱਡਾ ਸੀ ਜਿਹੜਾ 75 ਸਾਲ ਦੀ ਉਮਰ ਸੀ ਉਹ ਮੈਨੂੰ ਜਦੋਂ ਮੈਂ ਉਹਨਾਂ ਦੇ ਘਰੋਂ ਚਾਹ ਪਾਣੀ ਪੀ ਕੇ ਉਹਨਾਂ ਨੂੰ ਜੁਆਇਨ ਕਰਾ ਕੇ ਨਿਕਲਣ ਲੱਗਿਆ ਤੇ ਉਹਨੇ ਮੇਰੀ ਬਾਹ ਫੜ ਲਈ ਕਹਿੰਦਾ ਕਾਕਾ ਵੀ ਜਿਹੜੀ ਤੇਰੇ ਨਾਲ ਅੱਜ ਅਸੀਂ ਆਏ ਆਂ ਤੇਰੇ ਕੰਮਾਂ ਨੂੰ ਵੇਖ ਕੇ ਆਈਆਂ ਮੇਰੀ 75 ਸਾਲ ਦੀ ਉਮਰ ਹੋ ਗਈ ਮੈਂ ਅੱਜ ਤੱਕ ਬੜੇ ਇੱਥੇ ਲੀਡਰ ਵੇਖੇ ਐ ਪਰ ਜਿਹੜੇ ਤੇਰੇ ਕੰਮਕਾਰ ਸਾਡੇ ਅੱਜ ਪਿੰਡ ਦੇ ਵਿੱਚ ਹੋਏ ਐ ਇਸ ਚ ਸਾਢੇ 4 ਸਾਲਾਂ ਚ ਮੈਂ ਦੱਸ ਨਹੀਂ ਸਕਦਾ ਸੀ ਬਿਲਕੁਲ ਖੁਸ਼ ਐ ਸਾਰਾ ਨਗਰ ਖੁਸ਼ ਐ ਇਸ ਕਰਕੇ ਤੇਰੇ ਚੰਗੇ ਕੰਮ ਕਰਕੇ ਅਸੀਂ ਤੁਹਾਡੇ ਨਾਲ ਲੱਗੇ ਜਿਚਾ ਪਾਇਓ ਲੋਕਾਂ ਨੂੰ ਪਤਾ ਵੀ ਕੰਗੜ ਹੋਣਾ ਨੇ ਆਹ ਕੰਮ ਕੀਤੇ ਨੇ ਬਿਲਕੁਲ ਜੀ ਵੇਖੋ ਕੰਮ ਤਾਂ ਦਿਸਦਾ ਹੁੰਦਾ ਹੈ ਕੰਮ ਤੋਂ ਕੋਇਆ ਨਹੀਂ ਜਾ ਸਕਦਾ ਜੇ ਤੁਸੀਂ ਨਾ ਕੀਤਾ ਹੁੰਦਾ ਤੇ ਲੋਕਾਂ ਦੇ ਤੁਹਾਡੇ ਨਾਲ ਕਹਿਣਾ ਵੀ ਸਾਡੇ ਕੀਤਾ ਕੀ ਹੈ ਹੁਣ ਲੋਕ ਇਹ ਕਹਿੰਦੇ ਨੇ ਵੀ ਸਾਡਾ ਛੱਡਿਆ ਹੀ ਨਹੀਂ ਸਭ ਕਰ ਦਿੱਤੇ ਜੋ ਸਾਡੇ ਪਿੰਡ ਦੀ ਕੋਈ ਪ੍ਰੋਬਲਮ ਸਮੱਸਿਆ ਸੀ ਕੋਈ ਪਿੰਡ ਦੇ ਵਿੱਚ ਵਿਕਾਸ ਦੀ ਗੱਲ ਸੀ ਬੇਸ਼ੱਕ ਜਿਉ ਗੰਦੇ ਪਾਣੀ ਦੇ ਡਰੇਨਸ ਦੀ ਗੱਲ ਹੁੰਦੀ ਸੀ ਆਮ ਤਰ ਦੇ ਨੂੰ ਪਤਾ ਵੀ ਮਾਲਵੇ ਦੇ ਵਿੱਚ ਕੈਂਸਰ ਰੋਗ ਬਹੁਤ ਜ਼ਿਆਦਾ ਹੈ ਉਹ ਕਿਉਂ ਹੈ ਸਾਡੇ ਜਿਹੜਾ ਛੱਪੜਾਂ ਦਾ ਪਾਣੀ ਪਿੰਡਾਂ ਦੇ ਵਿਚਾਰੇ ਖੜਾ ਸੀ ਉਹ ਪੀੜਾ ਹੋ ਕੇ ਗੰਦਾ ਕਾਲਾ ਹੋ ਜਾਂਦਾ ਸੀ ਉੱਥੋਂ ਪਾਣੀ ਰੱਚ ਰੱਚ ਕੇ ਥੱਲੇ ਚਲਿਆ ਜਾਂਦਾ ਸੀ ਅਸੀਂ ਉਹ ਨਲਕਿਆਂ ਨਾਲ ਮੋਟਰਾਂ ਨਾਲ ਜਦੋਂ ਉਹਦੇ ਘਰਾਂ 'ਚ ਪੀਣ ਵਾਸਤੇ ਵਰਤੇ ਦੇ ਸੀ ਉਹ ਪੋਲਿਊਟਿਡ ਹੋ ਜਾਂਦਾ ਸੀ ਪੋਲਿਊਟਿਡ ਹੋਣ ਕਰਕੇ ਜਦੋਂ ਅਸੀਂ ਪੀਣ ਦੇ ਵਿੱਚ ਤੇ ਸਾਡੇ ਉਹ ਇੱਕ ਪਾਣੀ ਪੀਣ ਵਾਲੇ ਨਾਲ ਸਾਡੇ ਕੈਂਸਰ ਆਮ ਤੌਰ ਤੇ ਵੱਧ ਹੋ ਜਾਂਦਾ ਸੀ ਮੈਂ ਸਭ ਤੋਂ ਵੱਡਾ ਇਹ ਕੀ ਇਹ ਉਪਰਾਲਾ ਕੀਤਾ ਸੀ ਪਿੰਡਾਂ 'ਚ ਜਿੰਨੇ ਵੀ ਸਾਡੇ ਪਿੰਡਾਂ ਛੱਪੜ ਹੈ ਜਿਹੜੇ ਬੁਵਾਦੀ ਦੇ ਵਿੱਚ ਹੈ ਉਹਨਾਂ ਨੂੰ ਅਸੀਂ ਸਫਾਈ ਕਰਾ ਕੇ ਉਹਨਾਂ ਦਾ ਜਿਹੜਾ ਪਾਣੀ ਦਾ ਨਿਕਾਸ ਹੈ ਦੂਰ ਡਰੇਨਸ ਦੇ ਵਿੱਚ ਉਹ ਬੇਸ਼ੱਕ ਦੀ 8 ਕਿਲੋਮੀਟਰ ਦੀ ਪਾਈਪ ਪਵੇ ਕਿਲੋਮੀਟਰ 10 ਕਿਲੋਮੀਟਰ ਦੀ 14 14 ਕਿਲੋਮੀਟਰ ਵੀ ਮੈਂ ਲੰਮੀਆਂ ਪਾਈਪਾਂ ਪਾ ਕੇ ਦੂਰ ਜਾ ਕੇ ਵੱਡੀਆਂ ਡਰੇਨਾ ਚ ਪਾਣੀ ਦਾ ਨਿਕਾਸ ਕੀਤਾ ਜਿਹੜੇ ਅੱਜ ਉਹ ਲੋਕ ਜਿਹੜੇ ਕਹਿੰਦੇ ਸੀ ਜਦੋਂ ਮੀਂਹ ਪੈ ਜਾਂਦਾ ਸੀ ਸਾਡੇ ਘਰਾਂ ਚ ਗੁਰਦੁਆਰਿਆਂ ਵਿੱਚ ਪਾਣੀ ਆ ਜਾਂਦਾ ਸੀ ਅਸੀਂ ਗੁਰੂ ਘਰ ਮੱਥਾ ਟੇਕਣ ਵੀ ਨਹੀਂ ਜਾ ਸਕਦੇ ਸੀ ਅੱਜ ਕਹਿੰਦੇ ਜਦੋਂ ਮੀਂਹ ਪੈਂਦਾ ਤੇ 5 ਮਿੰਟਾਂ ਦਾ ਸਾਨੂੰ ਐ ਨਹੀਂ ਪਤਾ ਹੁੰਦਾ ਸਾਡੇ ਪਿੰਡ ਦੇ ਵਿੱਚ ਪਾਣੀ ਕਿੱਥੇ ਹੈ ਤੇ ਕਿੱਥੇ 20 20 ਮਹੀਨਾ ਮਹੀਨਾ ਸਾਡੇ ਪਾਣੀ ਘਰਾਂ ਚ ਵੀ ਫਰਦਾ ਰਹਿੰਦਾ ਸੀ ਆਸੇ ਪਾਸੇ ਸਾਰੇ ਮਤਲਬ ਦਰਿਆ ਬਣਿਆ ਰਹਿੰਦਾ ਸੀ ਪਿੰਡ ਦੇ ਵਿੱਚ ਬਹੁਤ ਆਵਾਜਾਈ ਦਾ ਸਾਹ ਜਿਹੜਾ ਰੁਕ ਜਾਂਦਾ ਸੀ ਸੋ ਦੂਜਾ ਮੈਂ ਜਿਹੜੀ ਆਮ ਤੌਰ ਤੇ ਜਿਹੜੀ ਮੇਰੇ ਵੱਡੀ ਜਿਹੜੇ ਮੇਰੇ ਮਨ ਨੂੰ ਸੀ ਹੁੰਦੀ ਵੀ ਵੇਖੋ ਪਾਣੀ ਵੀ ਥਲੜਾ نیچے ਜਾ ਰਿਹਾ ਤੇ ਸਮਾਂ ਆਉਣ ਵਾਲਾ ਹੈ ਵੀ ਮਾਰਾ ਦਿਖ ਰਿਹਾ ਉਹਦੇ ਨਾਲ ਨਾਲ ਜਿਹੜਾ ਨਹਿਰੀ ਪਾਣੀ ਜੇ ਦਿੱਤਾ ਜਾਵੇ ਖੇਤਾਂ ਨੂੰ ਜਿਹੜੇ ਖੇਤਾਂ ਨੂੰ ਪਾਣੀ ਨਹੀਂ ਲੱਗਦਾ ਮੇਰੇ ਮਨ ਚ ਇੱਕ ਸੋਚ ਹੁੰਦੀ ਸੀ ਵੀ ਉਹਨਾਂ ਖੇਤਾਂ ਚ ਪਾਣੀ ਜ਼ਰੂਰ ਪਹਚਾਵਾਂ ਅੱਜ ਮੈਂ ਮਾਣ ਤੇ ਫਕਰ ਨਾਲ ਕਹਿ ਸਕਦਾ ਮੇਰੇ ਹਲਕੇ ਦੇ ਵਿੱਚ ਮੈਂ ਕਹਿੰਦਾ ਪੰਜਾਬ ਦੇ ਵਿੱਚ ਸਭ ਤੋਂ ਵੱਧ ਜਿਹੜੀ ਅਨਕਮਾਨ ਤੋਂ ਕਮਾਨ ਧਰਤੀ ਕੀਤੀ ਗਈ ਹੈ ਮਤਲਬ ਤੁਸੀਂ ਯਕੀਨ ਹਜ਼ਾਰਾਂ ਏਕੜ ਮਤਲਬ ਜਿਹੜੀ ਆਪਣਾ ਜ਼ਮੀਨ ਸੀ ਉਹਨੂੰ ਮੈਂ ਨਹਿਰੀ ਪਾਣੀ ਦੇ ਵਿੱਚ ਤਬਦੀਲ ਕੀਤਾ ਨਹਿਰੀ ਪਾਣੀ ਉੱਥੇ ਲੈ ਕੇ ਆਏ ਆ ਉਹ ਜਿਹੜੇ ਬਜ਼ੁਰਗ ਜਿਹੜੇ ਬੈਠੇ ਐ ਉਹ ਕਹਿੰਦੇ ਸੋਚਿਆ ਤੱਕ ਨਹੀਂ ਸੀ ਸਾਡੇ ਖੇਤਾਂ 'ਚ ਇਹਨਾਂ ਤੇ ਪਾਣੀ ਆ ਜਾਊਗਾ ਹੱਸਣੇ ਲੱਗੇ ਵੀ ਤੁਸੀਂ ਤਾਂ ਟਿੱਬਿਆਂ ਤੇ ਪਾਣੀ ਚੜਾ ਦਿੱਤਾ ਆ ਹੁਣ ਤੁਸੀਂ ਵੇਖੋਗੇ ਆਪਾਂ ਮੁੜਾਂਗੇ ਸਾਹਮਣੇ ਉਹ ਸਾਹਮਣੇ ਪਾਈਪਾਂ ਪਈਆਂ ਤੇ ਆਹ ਵੇਖੋ ਇਹ ਉਹ ਸਾਹਮਣੇ ਪਾਈਪਾਂ ਇਸੇ ਨਾਲ ਨਾਲ ਜਾਣੀਆਂ ਵੱਡੀ ਗਿਣਤੀ ਦੇ ਵਿੱਚ ਇੱਥੋਂ ਮੋਗੇ ਨਹਿਰਾਂ 'ਚੋਂ ਤੇ ਸੂਆਂ ਦੇ ਵਿੱਚੋਂ ਇਹ ਸਾਰੀਆਂ ਪਾਈਪਾਂ ਇਹ ਪਾਈਪਸ ਪਈਆਂ ਜਿਹੜੀਆਂ ਮੈਂ ਚਾਹੁੰਗਾ ਕਿ ਅੱਗੇ ਸਾਰੀ ਸੜਕ ਦੇ ਖੱਬੇ ਸੱਜੇ ਸਾਰੀਆਂ ਪਾਈਪਾਂ ਮਤਲਬ ਭਰੀਆਂ ਪਈਆਂ ਆ ਜਿਹੜਾ ਏਰੀਆ ਸੀ ਇਹ ਬਰਾਨੀ ਸੀ ਸਾਰੇ ਟਿੱਬੇ ਆ ਵੇਖੋ ਤੁਸੀਂ ਵੇਖ ਰਹੇ ਆ ਇਹ ਸਲਾਦਪੁਰਾ ਦਿয়ালਪੁਰਾ ਭਾਈਕਾ ਦੁੱਲੇ ਵਾਲਾ ਸਾਰੇ ਇਹ ਬਰਾਨੀ ਏਰੀਆ ਗਿਣਿਆ ਸੀ ਇੱਥੇ ਮਤਲਬ ਕੁਝ ਵੀ ਕਿਤੇ ਸੋਚਿਆ ਤੱਕ ਨਹੀਂ ਸੀ ਪਾਣੀ ਆਊਗਾ ਆ ਤੁਹਾਡੇ ਸਾਹਮਣੇ ਪਾਈਪਾਂ ਆ ਗਈਆਂ ਇਹ ਖੱਬੇ ਪਾਸੇ ਪਾਈਪਾਂ ਇਹ ਮੋਗਾ ਲੱਗ ਚੁੱਕਿਆ ਤੇ ਮਸ਼ੀਨਾਂ ਲੱਗੀਆਂ ਪਈਆਂ ਨਾਲ-ਨਾਲ ਪਾਈਪਾਂ ਪਾ ਪਾ ਕੇ ਸਾਰੇ ਖੱਬੇ ਸੱਜੇ ਖੇਤਾਂ ਨੂੰ ਇਹਦੇ ਪਾਣੀ ਲੱਗ ਜਾਣਾ ਹੈ ਇਹ ਸਾਰੇ ਟਿੱਬੇ ਹੁੰਦੇ ਸੀ ਤੇ ਇਹ ਅੱਜ ਨਹਿਰੀ ਤੇ ਚਾਹੀ ਪੜੀ ਬਣ ਗਈ ਹੈ ਝੋਨੇ ਵਾਲੀਆਂ ਪੜੀਆਂ ਬਣ ਜਾਣੀਆਂ ਆਉਣ ਵਾਲੇ ਸਮੇਂ 'ਚ ਜਿਹੜੇ ਪਰਿਵਾਰ ਦੇ ਵਿੱਚ 2-4 ਘੰਟੇ ਨਹਿਰੀ ਪਾਣੀ ਖੇਤ ਨੂੰ ਲੱਗੂਗਾ ਉਹੀ ਆਉਣ ਵਾਲੇ ਸਮੇਂ 'ਚ ਰੋਟੀ ਖਾਊਗਾ ਇਹ ਮੇਰਾ ਮੇਨ ਉਪਰਾਲਾ ਸੀ ਔਰ ਮੈਂ ਆਦੇ ਹਲਕੇ ਦੇ ਵਿੱਚ ਕੋਈ ਕਿਸੇ ਦੀ ਪਿੰਡ ਦੇ ਵਿੱਚ ਇੱਕ ਹੋਰਾਂ ਜ਼ਮੀਨ ਨਹੀਂ ਛੱਡੀ ਜਿਹਨੂੰ ਪਾਣੀ ਨਾਲ ਲੱਗਦਾ ਹੋਵੇ ਇਹ ਮੇਰਾ ਬਹੁਤ ਵੱਡਾ ਮਤਲਬ ਮੇਰੀ ਪਹਿਲ ਕਰਦੀ ਸੀ ਔਰ ਮੈਂ ਕੰਮ ਵੀ ਸਿਰੇ ਚੜਾਇਆ ਆ ਵੇਖੋ ਸੜੀਆਂ ਫੇਰ ਪਾਈਪਾਂ ਆ ਗਈਆਂ ਇਹ 20-20 ਕਿਲੋਮੀਟਰ ਤੱਕ ਵੱਡੀਆਂ ਪਾਈਪ ਲਾਈਨਸ ਮੈਂ ਕਰਵਾਈਆਂ ਕੱਢ ਰਹੇ ਨੇ ਕਿਉਂ ਟੈਂਡਰ ਪਹਿਲਾਂ ਦੇ ਹੋਏ ਹੋਏ ਨੇ ਕੰਮ ਸ਼ੁਰੂ ਹੋ ਚਲੇ ਮਲਾਲ ਹੈਗਾ ਵੀ ਗੁਰਪ੍ਰੀਤ ਸਿੰਘ ਕਾਂਗੜਾ ਹੁਣਾਂ ਨੂੰ ਕਿਾ ਇੰਨੇ ਕ ਕੰਮ ਹੋਰ ਹੋ ਜਾਂਦੇ ਤਾਂ ਬੱਲੇ ਬੱਲੇ ਹੋ ਜਾਣੀ ਸੀ ਉਹ ਕੰਮ ਤਾਂ ਜ਼ਿੰਦਗੀ ਚ ਮੁੱਕ ਦੀ ਨਹੀਂ ਜੀ ਕੰਮ ਤਾਂ ਜਿੰਨਾ ਚਿਰ ਤੁਸੀਂ ਆਖਰੀ ਸਵਾਸਾਂ ਦੀ ਪੂੰਜੀ ਆ ਤੁਹਾਡੇ ਕੋਲੇ ਲਾਸਟ ਇੱਕ ਸੈਕਿੰਡ ਤੱਕ ਵੀ ਤੁਸੀਂ ਜੇ ਕੰਮ ਸੇਵਾ ਕਰਨੀ ਹੈ ਤਾਂ ਉਹ ਕਰਨੀ ਚਾਹੀਦੀ ਹੈ ਕੰਮ ਤਾਂ ਮੁੱਕਦੇ ਨਹੀਂ ਹੁੰਦੇ ਕੋਸ਼ਿਸ਼ ਹੈ ਕੋਈ ਨੀ ਗੁਰੂ ਮਹਾਰਾਜ ਕਿਰਪਾ ਕਰੇ ਐਤਕੀ ਵੀ ਸਮਾਂ ਦਿੱਤਾ ਸੀ ਅੱਗੇ ਵੀ ਸਮਾਂ ਆਊਗਾ ਜਿਹੜੇ ਰਹਿੰਦੇ ਕੰਮ ਹੋਣਗੇ ਉਹ ਰਾਮਪਰਾ ਫੂਲ ਦੇ ਇਸ ਇਲਾਕੇ ਦੀ ਮੈਂ ਤਨ ਮਨ ਨਾਲ ਮੈਂ ਸੇਵਾ ਕਰੂੰਗਾ ਨਸ਼ਾ ਬਹੁਤ ਵੱਡਾ ਮੁੱਦਾ ਕੰਗੜ ਸਾਹਿਬ ਪੂਰੇ ਪੰਜਾਬ ਦੇ ਵਿੱਚ ਪੈਨ ਪੰਜਾਬ ਆਪਾਂ ਗੱਲ ਕਰੀਏ ਤਾਂ ਨਸ਼ਾ ਬਹੁਤ ਵੱਡਾ ਮੁੱਦਾ ਮਾਲਵੇ ਦੀ ਗੱਲ ਕਰੀਏ ਤਾਂ ਮਾਲਵੇ ਤਾਂ ਗੜ ਮੰਨਿਆ ਜਾਂਦਾ ਚਿੱਟੇ ਨੂੰ ਲੈ ਕੇ ਡਰੱਗਸ ਨੂੰ ਲੈ ਕੇ ਇਸ ਨੂੰ ਲੈ ਕੇ ਵੈਸੇ ਤਾਂ ਪੂਰੇ ਪੰਜਾਬ ਦੇ ਵਿੱਚ ਕੋਈ ਬਹੁਤਾ ਕੰਮ ਨਹੀਂ ਤੁਹਾਡੇ ਹਲਕੇ ਦੇ ਵਿੱਚ ਕਿੰਨੇ ਕ ਕੇਸ ਜਾਂ ਲੋਕ ਆਉਂਦੇ ਤੁਹਾਡੇ ਕੋਲ ਵੀ ਸਾਡੇ ਏਰੀਆ ਦੇ ਵਿੱਚ ਵੀ ਚਿੱਟਾ ਹੈ ਤੁਸੀਂ ਉਸ ਚੀਜ਼ ਨੂੰ ਲੈ ਕੇ ਕੀ ਕੰਮ ਕੀਤਾ ਵੇਖੋ ਗੱਲ ਇੱਕ ਹੈ ਵੇਖੋ ਅੱਛਾ ਇਹ ਪਾਈਪ ਇਧਰੋਂ ਵੇਖੋ ਇਧਰੋਂ ਚੱਲ ਪਿਆ ਪਾਈਪਾਂ ਮੈਂ ਤਾਂ ਜਾਲ ਬੁਛਾ ਦਿੱਤਾ ਮੈਂ ਪੈਪਾਂ ਦਾ ਪਾਣੀ ਦਾ ਨਹਿਰੀ ਪਾਣੀ ਦਾ ਤੇ ਵੇਖੋ ਜਿਹੜਾ ਨਸ਼ਾ ਹੈ ਨੋ ਡਾਊਟ ਨਸ਼ਾ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਸੀ ਜਦੋਂ ਸਾਡ ਸੀ ਸਰਕਾਰ ਚ ਆਈ 17 ਚ ਉਸ ਤੋਂ ਪਹਿਲਾਂ ਇਹ ਹੱਟੀਆਂ ਦੇ ਉੱਤੇ ਪਿੰਡਾਂ ਦੀਆਂ ਹੱਟੀਆਂ ਦੇ ਆਮ ਵਿਕਦਾ ਸੀ ਤੇਰਾਨੇ ਦਾ ਸਾਮਾਨ ਨਹੀਂ ਸੀ ਵਿਕਦਾ ਚਿੱਟਾ ਜਿੱਤੋਂ ਮਰਜ਼ੀ ਲੈ ਲਓ ਅਸੀਂ ਲੱਕ ਤੋੜਿਆ ਚਿੱਟਾ ਘਟਿਆ ਹੁਣ ਖਤਮ ਨਹੀਂ ਹੋਇਆ ਕਟਿਆ ਕੰਟਰੋਲ ਚ ਹੋਇਆ ਹੈ ਜਾਰੀ ਹੈ ਸਾਡਾ ਹੁਣ ਵੀ ਸ਼ਕਤੀ ਦੇ ਨਾਲ ਜੇ ਕੋਈ ਗੱਲਬਾਤ ਆਉਂਦੀ ਆ ਅਸੀਂ ਸ਼ਕਤੀ ਨਾਲ ਪੇਸ਼ ਆਉਨੇ ਆ ਅਸੀਂ ਰਲ ਮਿਲ ਕੇ ਜੇ ਸਾਰੇ ਭੈਣ ਭਰਾ ਇਹਦੇ ਵਿੱਚ ਕੱਲਾ ਕੋਈ ਗਵਰਨਮੈਂਟ ਨਹੀਂ ਕਰ ਸਕਦੀ ਜਿੰਨੇ ਸਾਡੀਆਂ ਸੰਸਥਾਵਾਂ ਨੇ ਜਿੰਨੇ ਸਾਡੇ ਪੰਚਾਇਤਾਂ ਨੇ ਇਹ ਰਲ ਮਿਲ ਕੇ ਸਾਰੇ ਅਸੀਂ ਪਹਿਰਾ ਦੇਵਾਂਗੇ ਇਹ ਅਸੀਂ ਫਿਰ ਖਤਮ ਕਰਾਂਗੇ ਇਹ ਸਹਿਯੋਗ ਚਾਹੀਦਾ ਹੈ ਸਾਰੇ ਭੈਣ ਭਰਾਵਾਂ ਦਾ ਫੇਸ਼ ਚਿੱਟਾ ਬਹੁਤ ਜਲਦੀ ਖਤਮ ਹੋ ਆਲਵੀ ਦੇ ਪਿੰਡ ਜਿਹੜੇ ਤੁਸੀਂ ਜ਼ਿਕਰ ਕੀਤਾ ਜਿੱਦਾਂ ਰੇਤਲੀ ਜ਼ਮੀਨ ਟਿੱਬਿਆਂ ਵਾਲਾ ਔਰ ਕਿੰਨਾ ਫਰਕ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਦੇਖੀਏ ਕਿ ਨਹਿਰੀ ਪਾਣੀ ਲੱਗਣ ਲੱਗ ਜੂਗਾ ਕਿੰਨੇ ਸਮੇਂ ਤੱਕ ਦੀ ਕਿਉਂਕਿ ਕੰਮ ਕੰਪਲੀਟ ਹੋ ਗਿਆ ਟੋਟਲੀ ਜਿਹੜਾ ਪਾਈਪਾਂ ਪੂਪਾਂ ਇਹ ਪ੍ਰੋਜੈਕਟ ਤਾਂ ਸ਼ੁਰੂ ਹੋਇਆ ਹੋਇਆ ਬਿਲਕੁਲ ਪ੍ਰੋਜੈਕਟ ਸ਼ੁਰੂ ਹੋਇਆ ਕੰਮ ਚੱਲੀ ਜਾਂਦਾ ਹੈ ਮੇਰੇ ਖਿਆਲ ਚ ਕੁਝ ਮੋਘਿਆਂ ਚ ਪਾਣੀ ਖੇਤਾਂ 'ਚ ਜਾਣ ਵੀ ਲੱਗ ਗਿਆ ਜਿਵੇਂ ਮਹਰਾਜ ਦੇ ਵਿੱਚ ਚਾਰ ਮੋਘੇ ਸੀ ਆਲਮੋਸਟ ਉਥੇ ਚਾਰੇ ਮੁੱਗੇ ਨਹਿਰ ਚੋਂ ਲੱਗੇ ਸੀ ਸਾਰੇ ਪਾਣੀ ਦੇ ਕੇ ਖੇਤਾਂ ਨੂੰ ਪਾਣੀ ਲੱਗਣ ਲੱਗ ਗਿਆ ਅੱਧਿਆਂ ਚ ਪੈਪਾਂ ਪੈ ਰਹੀਆਂ ਨੇ ਸੋ ਸਾਰਾ ਕੰਪਲੀਟ ਮੇਰੇ ਖਾਤੇ ਮਹੀਨੇ ਦੇ ਡੇਡ ਡੇਡ ਦੋ ਮਹੀਨਿਆਂ ਚ ਹੋ ਜਾਊਗਾ ਆਉਣ ਵਾਲਾ ਜਿਹੜਾ ਸੀਜ਼ਨ ਝੋਨੇ ਦਾ ਹੋਊਗਾ ਉਹ ਬਹੁਤ ਵਧੀਆ ਮਤਲਬ ਜ਼ਿਮੀਂਦਾਰ ਸਾਡੇ ਭਰਾ ਆਪਣੇ ਨਹਿਰੀ ਪਾਣੀ ਨਾਲ ਆਦਾ ਝੋਨਾ ਵਧੀਆ ਲਾਉਣਗੇ ਮੂਸਿਆਲੇ ਦਾ ਵੀ ਗਾਣਾ ਟਿੱਬਿਆਂ ਦਾ ਪਿੰਡ ਜ਼ਿਕਰ ਕੀਤਾ ਉਹਨੇ ਕਿਉਂਕਿ ਮਾਨਸੇ ਏਰੀਆ ਦਾ ਹੀ ਹੈ ਇਹ ਪੂਰਾ ਏਰੀਆ ਜਿਹੜਾ ਮਾਨਸੇ ਦੇ ਨੇੜੇ ਤੇਰੇ ਦਾ ਜਾਂ ਹੋਰ ਏਰੀਆ ਮੂਸਿਆਲੇ ਨੂੰ ਸਦਨਾ ਤੁਸੀਂ ਵੀ ਉਹਨੇ ਵੀ ਗਾਣੇ ਗਾਏ ਇਸ ਚੀਜ਼ ਨੂੰ ਲੈ ਕੇ ਤੁਹਾਡੀ ਪਾਰਟੀ ਦੇ ਵਿੱਚ ਵੀ ਆ ਗਏ ਹੁਣ ਬਿਲਕੁਲ ਵੈਲਕਮ ਉਹਨੇ ਆ ਕੇ ਸਾਡੀ ਪਾਰਟੀ ਦਾ ਨਾਮ ਉੱਚਾ ਕੀਤਾ ਤੇ ਕੋਸ਼ਿਸ਼ ਕਰਾਂਗੇ ਉਹ ਉਹਨਾਂ ਦੇ ਨੌਜਵਾਨ ਬੱਚੇ ਫੈਨ ਨੇ ਲਾਈਕ ਕਰਦੇ ਨੇ ਮੈਂ ਵੀ ਉਹਨਾਂ ਨੂੰ ਬੇਨਤੀ ਕਰੂੰਗਾ ਮੇਰੇ ਹਲਕੇ 'ਚ ਆ ਕੇ ਕੰਪੇਨ ਕਰਕੇ ਜਾਣ ਤਾਂ ਜੋ ਜਿਹੜੇ ਸਾਡੇ ਬੱਚੇ ਉਹਨਾਂ ਨੂੰ ਪਿਆਰ ਕਰਦੇ ਨੇ ਉਹ ਵੀ ਉਹਨਾਂ ਨਾਲ ਜਿਹੜਾ ਘੰਟਾ ਅੱਧਾ ਘੰਟਾ ਉਹਨਾਂ ਮਿਲ ਕੇ ਤੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਸੋ ਥੋੜਾ ਬਹੁਤ ਵਿਰੋਧ ਵੀ ਹੋਇਆ ਉਸ ਜੀ ਨੂੰ ਕਿਦਾਂ ਦੇਖਦੇ ਹੋ ਕਿਉਂਕਿ ਕੁਝ ਇੱਕ ਲੋਕ ਕਹਿੰਦੇ ਕਿ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਸੀ ਜਾਂ ਠੀਕ ਮੰਨਦੇ ਹੋ ਤੁਸੀਂ ਸੈਲੀਬ੍ਰਿਟੀ ਹਾਲਾਂਕਿ ਸਾਰੀਆਂ ਪਾਰਟੀਆਂ ਹੁੰਦੀਆਂ ਬੀਜੇਪੀ ਚ ਵੀ ਆਉਂਦੀਆਂ ਕਾਂਗਰਸ ਚ ਵੀ ਆਉਂਦੀਆਂ ਆਮ ਆਦਮੀ ਪਾਰਟੀ ਵੀ ਲੈ ਕੇ ਆਏ ਕਿਸ ਤਰ੍ਹਾਂ ਦੇਖਦੇ ਹੋ ਇਸ ਚੀਜ਼ ਨੂੰ ਬਿਕਰਮ ਸਿੰਘ ਜੀ ਵੇਖੋ ਰਾਜਨੀਤੀ ਇਹ ਚੀਜ਼ ਹੈ ਇਹਦੇ ਵਿੱਚ ਮਤਲਬ ਪਿਆਰ ਕਰਨ ਵਾਲੇ ਲੋਕ ਵੀ ਬੜੇ ਹੁੰਦੇ ਆ ਤਾਂ ਚੱਕਣ ਵਾਲੇ ਵੀ ਹੁੰਦੇ ਆ ਵਿਰੋਧੀ ਚ ਵੀ ਇਹ ਰਲਿੰਬਲੀ ਖੇਡ ਹੁੰਦੀ ਹੈ ਰਾਜਨੀਤੀ ਚ ਕਿਸੇ ਨੂੰ ਸ਼ੂਟ ਕਰਦਾ ਹੁੰਦਾ ਕਿਸੇ ਨੂੰ ਨਹੀਂ ਸ਼ੂਟ ਕਰਦਾ ਹੁੰਦਾ ਇਸ ਕਰਕੇ ਨਾਰਮਲ ਗੱਲਾਂ ਹੈ ਬ੍ਰੋਧ ਕਰਨੇ ਨਾ ਕਰਨੇ ਇਹ ਇਹਦਾ ਕੋਈ ਬਹੁਤਾ ਸਾਡੇ ਰਾਜਨੀਤਿਕ ਜੀਵਨ ਚ ਨਹੀਂ ਹੁੰਦਾ ਇਹ ਥੋੜਾ ਕੁਝ ਟਾਈਮ ਲਈ ਹੁੰਦਾ ਆਪੇ ਮੋੜ ਕੇ ਸਾਰੇ ਭੈਣ ਭਰਾ ਨਾਲ ਲੱਗ ਜਾਂਦੇ ਨੇ ਸੀਐਮ ਚਿਹਰੇ ਨੂੰ ਲੈ ਕੇ ਤੁਸੀਂ ਵੀ ਕੁਝ ਕਹੋਗੇ ਜਾਂ ਸੋਚਿਆ ਵੀ ਆਹ ਬੰਦਾ ਸੀਐਮ ਫੇਸ ਹੋਣਾ ਚਾਹੀਦਾ ਹੈ ਕਾਂਗਰਸ ਦਾ ਵੇਖੋ ਸੀਐਮ ਦਾ ਜਿਹੜਾ ਫੇਸ ਦੀ ਗੱਲ ਕਰਦੇ ਆ ਸਾਡੇ ਹਾਈ ਕਮਾਂਡ ਸੋਨੀਆ ਗਾਂਧੀ راہਲ ਜੀ ਨੇ ਸਾਡੇ ਹਰੀਸ਼ ਜੀ ਨੇ ਜਖਰ ਸਾਹਬ ਨੇ ਬੈਠੇ ਨੇ ਉਹ ਜਿਹੜਾ ਵੀ ਸਾਨੂੰ ਦੇਣਗੇ ਇਸ ਤਾਂ ਖੁਸ਼ੀ ਹੈ ਕੈਪਟਨ ਮਰਿੰਦਰ ਸਿੰਘ ਉਹਨਾਂ ਦੇ ਬਹੁਤ ਨੇੜਲੇਆਂ ਦੇ ਵਿੱਚੋਂ ਸੀਗੇ ਤੁਸੀਂ ਪਿਛਲੀ ਵਾਰ ਉਹਨਾਂ ਦਾ ਫੇਸ ਲੈ ਕੇ ਆਏ ਸੀਗੇ ਕਿ ਕੈਪਟਨ ਮਰਿੰਦਰ ਸਿੰਘ ਦੇ ਫੇਸ ਤੇ ਨਾਲ ਹੀ ਵੱਡੇ ਵੱਡੇ ਬੈਨਰ ਛਪੇ ਸੀ ਕਿ ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ ਹਜੇ ਵੀ ਕਈ ਥਾਵਾਂ ਤੇ ਲਿਖਿਆ ਹੋਇਆ ਉਹ ਕੀ ਉਸੇ ਤਰ੍ਹਾਂ ਕੁਝ ਹੋ ਸਕਦਾ ਕੁਝ ਕੁਝ ਸਮਾਂ ਪਹਿਲਾਂ ਇਲੈਕਸ਼ਨ ਤੋਂ ਕੋਈ ਫੇਸ ਦੇ ਦਿੱਤਾ ਜਾਵੇ ਦੇਖੋ ਮੀਟੀਆਂ ਮੂਟੀਆਂ ਦੱਸਦੀਆਂ ਚੰਡੀਗੜ੍ਹ ਦਿੱਲੀ ਚ ਲੀ ਜਾਂਦੀਆਂ ਉਹਦਾ ਫੈਸਲਾ ਉਹਨਾਂ ਨੇ ਕਰਨਾ ਮੈਂ ਪਹਿਲਾਂ ਵੀ ਕਹਿੰਦਾ ਮੈਂ ਉਹ ਤੋਂ ਪਹਿਲਾਂ ਬੋਲਣਾ ਜਾਂ ਮੇਰੇ ਕੋਲੇ ਕੋਈ ਮੇਰੀ ਕੋਈ ਉਹਦਾ ਪੋਲੀਟੀਕਲ ਕਦ ਨਹੀਂ ਜਿਹੜਾ ਮੈਂ ਇਸ ਗੱਲ ਨੂੰ ਬੋਲ ਕੇ ਕਹਿ ਸਕਾਂ ਪਰ ਜੋ ਵੀ ਸਾਨੂੰ ਦੇਣਗੇ ਚੰਗਾ ਤੇ ਵਧੀਆ ਹੀ ਦੇਣਗੇ ਤੁਹਾਡੀ ਕੰਪੀਟੀਸ਼ਨ ਚ ਕਿਹਨੂੰ ਮੰਨਦੇ ਹੋ ਤੁਸੀਂ ਕੋਈ ਦੇਖਿਆ ਵੀ ਆਹ ਬੰਦਾ ਮੇਰੇ ਕੰਪੀਟੀਸ਼ਨ ਚ ਹੈਗਾ ਜਾਂ ਆਹ ਕੈਂਡੀਡੇਟ ਤੁਹਾਡੇ ਕੰਪੀਟੀਸ਼ਨ ਚ ਹੈਗਾ ਕੰਪੀਟੀਸ਼ਨ ਸਾਡੇ ਕਾਲੀ ਦਲ ਦੇ ਨਾਲ ਹੈ ਸ਼ਰੋਨੀ ਕਾਲੀ ਦਲ ਨਾਲ ਸਾਡਾ ਕੰਪੀਟੀਸ਼ਨ ਹੈ ਜਿਹੜੀ ਗੱਲ ਨੂੰ ਲੈ ਕੇ ਮੰਨਦੇ ਹੋ ਵੇਖੋ ਪਾਰਟੀ ਪੁਰਾਣੀ ਹੈ بیس ਹੁੰਦਾ ਵਰਕਰ ਖੜਾ ਹੈ ਤੇ ਇਸ ਕਰਕੇ ਉਹਨਾਂ ਦਾ ਨਾਲੇ ਕੰਪੀਟੀਸ਼ਨ ਹੈ ਜਣਾ ਇੱਥੇ ਤੁਹਾਡਾ ਹੁੰਦਾ ਰਿਹਾ ਕਿ ਜਿੱਦਾਂ ਗੁਰਪ੍ਰੀਤ ਕਾਂਗੜ ਵਰਸ ਸਿਕੰਦਰ ਮਲੂਕਾ ਉਹਨਾਂ ਦਾ ਕੰਪੀਟੀਸ਼ਨ ਸ਼ੁਰੂ ਤੋਂ ਹੀ ਉਹੀ ਇਸ ਵਾਰ ਰਹੂਗਾ ਬਿਲਕੁਲ ਉਸੇ ਤਰ੍ਹਾਂ ਰਹੂਗਾ ਜੀ ਉਵੇਂ ਸਾਡਾ ਜਿਹੜਾ ਸਿਆਸੀ ਜਿਹੜਾ ਆਪ ਦੀ ਘੇਰਾਬੰਦੀ ਉਹ ਦੋਹਾਂ ਚ ਹੋਊਗੀ ਕਾਂਗੜ ਸਾਹਿਬ ਇਸ ਚੀਜ਼ ਨੂੰ ਕਿਦਾਂ ਦੇਖਦੇ ਹੋ ਕਿ ਤੁਹਾਡੇ ਤੋਂ ਹਟ ਕੇ ਸਵਾਲ ਆ ਮੇਰਾ ਕਿ ਭਗਵੰਤ ਮਾਨ ਨੂੰ ਸੀਮ ਫੇਸ ਐਲਾਨਣ ਤੋਂ ਬਾਅਦ ਤੁਹਾਨੂੰ ਲੱਗਦਾ ਆਮ ਆਦਮੀ ਪਾਰਟੀ ਕਿ ਦਾਵਾ ਕਰ ਰਹੀ ਕਿਸ ਨਾਲ ਸਰਕਾਰ ਬਣਾਉਣ ਜਾ ਰਹੇ ਹਨ ਕੀ ਲੱਗਦਾ ਤੁਹਾਨੂੰ ਬڑے ਹਰੇਕ ਬੰਦਾ ਬੜੇ ਭਲੇਖੇ ਚ ਹੁੰਦਾ ਹੈ ਜਿਹੜੀ ਲਕਸ਼ਣਾ ਹੁੰਦੀਆਂ ਇਹ ਖੁੱਲੀ ਕਿਤਾਬ ਹੁੰਦੀ ਹੈ ਇਹਦਾ ਹਰੇਕ ਚੈਪਟਰ ਦੇ ਵਿੱਚ ਵੱਖਰਾ ਵੱਖਰਾ ਕੁਐਸਚਨ ਆਨਸਰ ਹੁੰਦਾ ਹੈ ਤੁਸੀਂ ਜਦੋਂ ਉਸ ਕਿਤਾਬ ਨੂੰ ਦੇ ਪੰਨੇ ਅੱਗੇ ਪਿੱਛੇ ਕਰੋਗੇ ਵੱਖੋ ਵੱਖਰੇ मीनिंग ਹੁੰਦੇ ਨੇ ਭਗਵਾਨ ਤੁਮਾਨ ਦਾ ਜਿਹੜਾ ਫੇਸ ਇਹਨਾਂ ਨੇ ਦਿੱਤਾ ਹੈ ਤੁਸੀਂ ਵੇਖੋਗੇ ਪੰਜਾਬ ਦੇ ਲੋਕ ਉਦੇ ਜੋਦੀ ਆਦਤ ਹੈ ਜ ਜ ਉਹਨੇ ਪਿਛਲੇ ਦਿਨਾਂ ਚ ਆਪਣੇ ਕਰਤੱਬ ਦਿਖਾਏ ਹੈ ਉਹ ਲੋਕ ਪੰਜਾਬ ਦੇ ਲੋਕ ਕਦੇ ਵੀ ਐਕਸੈਪਟ ਨਹੀਂ ਕਰਨਗੇ ਜਿਹੜਾ ਸੀਐਮ ਦਾ ਚਿਹਰਾ ਹੁੰਦਾ ਹੈ ਉਹ ਚ ਗੁਰੂ ਮਹਾਰਾਜ ਪਰਮਾਤਮਾ ਨਾਲੋਂ ਬੜੀਆਂ ਔਰਾ ਹੁੰਦਾ ਹੈ ਬੜੀ ਵੱਖਰੀ ਪਰਸਨੈਲਿਟੀ ਹੁੰਦੀ ਹੈ ਬੜੇ ਦੂਰਅੰਦੇਸ਼ੀ ਹੁੰਦੇ ਆ ਉਹ ਇੱਕ ਕੈਸਾ ਕਹਿੰਦੇ ਆ ਵੀ ਬਹੁਤੀ ਗੁਰੂ ਮਹਾਰਾਜ ਦੀ ਕਿਰਪਾ ਉਹਨਾਂ ਲੋਕਾਂ ਦੇ ਹੁੰਦੀ ਹੈ ਜਿਹੜੇ ਦੇਖਣ ਨੂੰ ਹੀ ਪਤਾ ਲੱਗ ਜਾਂਦਾ ਵੀ ਇਹ ਬੰਦਾ ਕਾਬਲ ਹੈ ਉਹਨੂੰ ਸਰਪ੍ਰਮਾਨਤ ਹੁੰਦੇ ਨੇ ਤੇ ਫੇਰ ਸੂਬੇ ਦੇ ਲੋਕ ਖੈਰ ਪੰਜਾਬ ਦੇ ਲੋਕ ਤਾਂ ਸਾਡੇ ਬਹੁਤ ਹੀ ਸੂਝਵਾਨ ਨੇ ਤੇ ਕਦੇ ਵੀ ਇਹੋ ਜੀ ਗਲਤੀ ਨਹੀਂ ਕਰਨਗੇ ਜਿਨ੍ਹਾਂ ਨੇ ਅੱਖੀ ਉਹਨਾਂ ਦਾ ਸਾਰਾ ਕੁਝ ਵੇਖਿਆ ਤੇ ਕਦੇ ਉਹਨਾਂ ਦੇ ਹੱਥ ਪੰਜਾਬ ਦੀ ਵਾਗਡੋਰ ਦੇ ਦੇਣਗੇ ਇਕ ਕਦੇ ਸੋਚਿਓ ਵੀ ਨਾ ਇਸ ਪਿੰਡ 'ਚ ਸਭਾ ਹੈਗੀ ਤੁਹਾਡੀ ਆ ਜਿਹੜਾ ਪਿੰਡ ਆ ਇਹ ਇਹ ਭਾਈ ਰੂਪਾ ਜੀ ਇੱਥੇ ਵੀ ਤੁਸੀਂ ਸਭਾ ਕਰਨੀ ਹਾਂ ਇੱਥੇ ਵੀ ਹੈ ਤੇ ਅੱਗੇ ਵੀ ਮੈਂ ਜਨਾ ਇਹ ਮੇਰੀ ਖਿਆਲ 'ਚ ਛੇਵੇਂ ਪਾਸ਼ਾ ਦੀ ਪਵਿੱਤਰ ਧਰਤੀ ਭਾਈ ਰੂਪचंद ਦਾ ਇਹ ਪਿੰਡ ਹੈ ਬਹੁਤ ਇਤਿਹਾਸਕ ਪਿੰਡ ਹੈ ਇੱਥੇ ਛੇਵੇਂ ਪਾਸ਼ਾ ਜੀ ਨੇ ਜੰਗ ਕੀਤੀ ਸੀ ਇਸ ਪਿੰਡ 'ਚ ਮੈਨੂੰ 4 ਕੰਮ 5 ਕੰਮ ਜਿੰਨੇ ਵੀ ਤੁਸੀਂ ਕੀਤੇ ਆ ਕੰਮ ਗਿਣਾ ਦਿਓ ਮੈਨੂੰ ਵੀ ਆਹ ਕੰਮ ਤੁਸੀਂ ਇਸ ਪਿੰਡ ਵਾਸਤੇ ਕੀਤੇ ਆ ਵੇਖੋ ਆਪਾਂ ਜਾ ਰਹੇ ਹਾਂ ਕੱਬੇ ਸਜੇ ਸਾਰੀਆਂ ਸੜਕਾਂ ਬਣ ਰਹੀਆਂ ਨੇ ਜੀ ਦੂਜਾ ਇਥੇ ਟੋਟਲ ਜਿੰਨੇ ਪਿੰਡ ਦੀਆਂ ਗਲੀਆਂ ਸੀ ਜੋ ਬਹੁਤ ਨਰਕ ਦੀ ਜ਼ਿੰਦਗੀ ਜਿਉ ਰਹੇ ਸੀ ਲੋਕ ਉਹਨਾਂ ਨੂੰ ਬਿਲਕੁਲ ਨਵਾਂ ਇੰਟਰਲੌਕ ਟਾਇਲ ਆ ਕੇ ਬੜੇ ਵਧੀਆ ਢੰਗ ਨਾਲ ਇਸ ਪਿੰਡ ਨੂੰ ਚਮਕਾਇਆ ਗਿਆ ਔਰ ਇਥੇ 2.5 ਕਰੋੜ ਦੀ ਰੁਪਈਆ ਦੇ ਕੇ ਦਾਣਾ ਮੰਡੀ ਸੀ ਬਿਲਕੁਲ ਖਤਮ ਤੇ ਲੋਕ ਮਤਲਬ ਕੱਚੇ ਥਾਂ ਤੇ ਆਪਦਾ ਜਨਸਾ ਕੇ ਸੜਦੇ ਸੀ ਤੇ ਉਹ ਮੰਡੀ ਅੱਜ ਜੇ ਤੁਸੀਂ ਐਂ ਲੱਗਦਾ ਵੀ ਚੰਡੀਗੜ੍ਹ ਦੀ ਮੰਡੀ ਆਹੋ ਇੰਨੀ ਸੋਹਣੀ ਮੰਡੀ ਬਣਾਈ ਗਈ ਹੈ ਤੇ ਬਕਾਇਦਾ ਸਹੂਲਤ ਜ਼ਿਮੀਦਾਰ ਨੂੰ ਦਿੱਤੀ ਗਈ ਹੈ ਬੈਠਣ ਨੂੰ ਹੈ ਸਾਨੂੰ ਪਾਣੀ ਨੂੰ ਇਸ ਕਰਕੇ ਬੜੇ ਸੋਹਣੇ ਕੰਮ ਇੱਥੇ ਹੋਏਗੇ ਨਹੀਂ ਠੀਕ ਹੈ ਔਰ ਇਸ ਪਿੰਡ ਦੇ ਲੋਕ ਤੁਰਨਗੇ ਤੁਹਾਡੇ ਨਾਲ ਬਿਲਕੁਲ ਬਹੁਤ ਖੁਸ਼ ਹੋ ਕੇ ਵੱਡਾ ਪਿੰਡ ਹੈ ਆਏ ਵਾਰੀ ਮੈਂ ਇਥੋਂ ਜਿੱਤਣਾ ਹੈ ਲੀਡ ਲੈ ਕੇ ਜਾਣਾ ਹੈ ਐਤਕੀ ਵੀ ਇਹ ਲੋਕ ਸਾਡੇ ਪਰਿਵਾਰ ਨਾਲ ਜਾਤੀ ਤੌਰ ਤੇ ਜੁੜਿਆ ਹੋਇਆ ਪਿੰਡ ਹੈ ਅਸੀਂ ਭੈ ਰੂਪੇ ਚ ਆ ਕੇ ਮਹਿਸੂਸ ਕਰਦੇ ਹਾਂ ਵੀ ਅਸੀਂ ਆਪਦੇ ਨਗਰ ਚ ਹੀ ਫਿਰਦੇ ਹਾਂ ਇਸ ਨਗਰ ਦੇ ਵਿੱਚ ਮੇਰੇ ਬਾਪ ਦਾ ਵੀ ਬਹੁਤ ਔਣ ਜਾਣ ਪਿਆਰ ਸੀ ਮੇਰਾ ਵੀ ਇਸ ਘਰਾਂ ਦੇ ਵਿੱਚ ਬਹੁਤ ਜ਼ਿਆਦਾ ਪਿਆਰ ਹੈ ਇਸ ਕਰਕੇ ਇੱਥੇ ਸਾਨੂੰ ਮਹਿਸੂਸ ਹੁੰਦਾ ਹੈ ਵੀ ਇਹ ਇੱਕ ਕਿਉਂ ਛੇਵੇਂ ਪਾਸ਼ਾ ਜੀ ਦੀ ਸਾਡੀ ਸਾਂਝ ਆ ਇਸ ਪਿੰਡ ਦੀ ਛੇਵੇਂ ਪਾਸ਼ਾ ਜੀ ਸਾਡੇ ਕਾਂਗੜ ਵੀ ਆਏ ਤੇ ਭੈ ਰੂਪੇ ਰੂਪ ਇਹ ਵੀ ਆਏ ਸੀ ਸਾਡੀ ਛੇਵੇਂ ਪਾਸ਼ਾ ਜੀ ਕਰਕੇ ਵੀ ਸਾਂਝ ਹੈ ਇਸ ਕਰਕੇ ਸਾਨੂੰ ਉਹ ਗੁਰੂ ਮਹਾਰਾਜ ਦੀ ਅਪਾਰ ਕਿਰਪਾ ਕਰਕੇ ਉਸ ਪ੍ਰਮਾਤਮਾ ਕਰਕੇ ਗੁਰੂ ਮਾਰੇ ਕਰਕੇ ਸਾਨੂੰ ਅਟੈਚਮੈਂਟ ਹੈ ਸਾਡੀ ਬਹੁਤ ਜ਼ਿਆਦਾ ਇਸ ਨਗਰ ਦੇ ਨਾਲ ਰੋਜ਼ਗਾਰ ਨੂੰ ਲੈ ਕੇ ਕਾਂਗੜਾ ਸਾਹਿਬ ਜੀ ਮੈਂ ਪੁੱਛਿਆ ਤੇ ਗੁਰਪ੍ਰੀਤ ਸਿੰਘ ਕਾਂਗੜਾ ਹੋਣਾ ਨੇ ਆਪਣੇ ਹਲਕੇ ਲਈ ਰੋਜ਼ਗਾਰ ਪੈਦਾ ਕਰਨ ਵਾਸਤੇ ਕੀ ਕੀਤਾ ਵੇਖੋ ਰੋਜ਼ਗਾਰ ਵਾਸਤੇ ਜੋ ਸਰਕਾਰ ਦੇ ਜਾਂ ਪਾਲਿਸੀਆਂ ਸੀ ਜਿੰਨੇ ਇੱਕ ਅਸੀਂ ਪ੍ਰਾਈਵੇਟ ਦੇ ਸਕੇ ਜਾਂ ਸਰਕਾਰੀ ਦੇ ਸਕੇ ਉਸ ਨੂੰ ਪਤਾ ਵੀ ਹੁਣ ਮੈਰਿਟ ਦੇ ਹਿਸਾਬ ਨਾਲ ਦਿੱਤੇ ਜਾਂਦੇ ਇਹ ਤਾਂ ਹੈ ਨਹੀਂ ਇਹ ਮੇਰੇ ਕੋਲੇ ਆ ਗਿਆ ਤੇ ਉਹਦੇ 50 ਨੰਬਰ ਆ ਤੇ ਇੱਕ ਦੇ 70 ਨੰਬਰ ਹੁਣ ਤੇ ਮੈਂ 50 ਨੂੰ ਨੌਕਰੀ ਦਵਾਂ ਉਹ ਤਾਂ ਗੱਲਾਂ ਚਲੀਆਂ ਗਈਆਂ ਉਹ ਤਾਂ ਟ੍ਰੈਫ ਟੈਪਸ ਤੇ ਹੁੰਦੀਆਂ ਸੀ ਮੈਂ ਤੇਰੇ ਬੱਚੇ ਨੂੰ ਨੌਕਰੀ ਦਵਾਦੀ ਅੱਜ ਤੋਂ 35 40 ਸਾਲ ਪਹਿਲਾਂ ਦੀਆਂ ਗੱਲਾਂ ਹੁਣ ਤਾਂ ਜਿਹੜੇ ਬੰਦੇ ਨੇ ਪੇਪਰ ਦਿੱਤਾ ਉਹਨੇ ਆਨਲਾਈਨ ਪੇਪਰ ਦੇਣਾ ਆਨਲਾਈਨ ਰਿਜ਼ਲਟ ਆਉਣਾ ਤੇ ਉਹਦੇ ਵਿੱਚ ਹਾਂ ਨੌਕਰੀਆਂ ਕੱਢਣ ਦੀ ਗੱਲ ਸੀ ਉਹ ਸਰਕਾਰ ਨੂੰ ਬੇਨਤੀ ਕਰੀ ਗਈ ਹੈ ਸਮੇ ਸਮੇ ਨੌਕਰੀਆਂ ਜਿੰਨੀਆਂ ਵੀ ਆ ਪੰਜਾਬ ਗਵਰਨਮੈਂਟ ਪੇ ਲੋ ਨੌਕਰੀਆਂ ਸੀ ਉਹ ਜਿਵੇਂ ਜਿਵੇਂ ਨਿਕਲੀਆਂ ਉਹ ਚ ਸਾਡੇ ਜਿੰਨੇ ਵੀ ਬੱਚੇ ਇੰਟੈਲੀਜੈਂਟ ਸੀ ਉਹਨਾਂ ਨੇ ਬਸ ਚੱਲ ਕੇ ਨੌਕਰੀਆਂ ਪ੍ਰਾਪਤ ਵੀ ਕੀਤੀਆਂ ਕੋਈ ਇੰਡਸਟਰੀ ਨੂੰ ਲੈ ਕੇ ਕੋਈ ਇਹੋ ਜਿਹਾ ਕੰਮ ਕਿ ਬਾਹਰੋਂ ਕੋਈ ਫੈਕਟਰੀ ਲੱਗ ਜਾਂਦੀ ਕੋਈ ਇੰਡਸਟਰੀ ਲੱਗ ਜਾਂਦੀ ਕੋਈ ਇਹੋ ਜਿਹਾ ਆ ਦਿਮਾਗ ਦੇ ਵਿੱਚ ਕਦੇ ਵੀ ਆ ਇੰਡਸਟਰੀ ਆ ਜਾਣੀ ਚਾਹੀਦੀ ਆ ਤਾਂ ਲੋਕਾਂ ਨੂੰ ਇਨੇ ਲੋਕਾਂ ਨੂੰ ਰੋਜ਼ਗਾਰ ਮਿਲ ਜਾਊਗਾ ਅਸੀਂ ਥੋੜੇ ਪਿਛੇ ਪਿਛਲੇ ਸਾਲ ਬਾਹਰ ਲੈ ਕੇ ਪ੍ਰੋਜੈਕਟ ਲੈ ਕੇ ਆਏ ਆ ਇੰਗਲੈਂਡ ਦਾ ਕੋਲਡ ਸਟੋਰ ਹੈ ਜੀ ਚ ਫਰੂਟ ਤੇ ਸਬਜ਼ੀਆਂ ਹੀ ਲੱਗਣੀਆਂ ਉਹ ਅਜੋ ਚੱਲ ਰਿਹਾ ਕੰਮ ਉਹਨਾਂ ਦਾ ਸਾਰੀ ਦੀਨ ਹੈ ਉਹਨਾਂ ਦੇ ਜਿਹੜੀ ਮਤਲਬ ਸਾਰੀ ਟੈਕਨੀਕਲ ਆ ਕੇ ਗੋਰੇ ਕਰ ਰਹੇ ਨੇ ਉੱਥੋਂ ਹੀ ਆਏ ਨੇ ਇੰਗਲੈਂਡ ਤੋਂ ਟ੍ਰੇਨਿੰਗ ਦੇ ਰਹੇ ਨੇ ਟ੍ਰੇਨਿੰਗ ਨਹੀਂ ਜਿਹੜੀ ਮਤਲਬ ਬਿਲਡਿੰਗ ਹੋ ਰਹੀ ਹੈ ਉੱਥੇ ਕੰਮ ਚੱਲ ਰਿਹਾ ਵੱਡੇ ਪੱਧਰ ਤੇ ਉਸ ਨਾਲ ਇੱਕ ਮਸ਼ੀਨਰੀ ਉਸੇ ਨਾਲ ਹੀ ਰਿਲੇਟਡ ਹੈ ਜਿਹੜੀ ਉਹਦੀ ਵੀ ਸ਼ੈਂਕਸ਼ਨ ਹੋ ਚੁੱਕੀ ਹੈ ਅਸੀਂ 10 ਏਕੜ ਕਾਂਗੜ ਪਿੰਡ ਦੇ ਵਿੱਚ ਜਿਹੜੀ ਮੇਨ ਸੜਕ ਹੈ ਬਰਨਾਲਾ ਬਾਜਾਖਨ ਵਾਲੀ ਅਸੀਂ ਉਸ ਤੇ ਬੜੀ ਕੀਮਤੀ ਜ਼ਮੀਨ ਸੀ ਅਸੀਂ 10 ਏਕੜ ਉਸ ਕੋल्ड स्टोर ਨੂੰ ਸਰਕਾਰੀ ਨੂੰ ਦਿੱਤੀ ਹੈ ਤਾਂ ਜੋ ਵੀ ਉਹ ਵਧੀਆ ਢੰਗ ਨਾਲ ਇੱਥੇ ਸਾਡੇ ਇਲਾਕੇ ਦੇ ਵਿੱਚ ਉਹ ਜਿਹੜਾ ਇੰਡਸਟਰੀ ਆਈ ਜਿਹਦੇ ਨਾਲ ਸਾਡੇ ਨੌਜਵਾਨ ਬੱਚਿਆਂ ਨੂੰ ਵੀ ਤੇ ਸਾਡੇ ਫਾਰਮਰ ਨੂੰ ਵੀ ਉਹ ਆਪਣੇ ਆਪ ਦੇ ਵਿੱਚ ਸਬਜ਼ੀਆਂ ਹੋਰ ਫਰੂਟ ਵਗਾ ਕੇ ਤੇ ਉਹ ਸਟੋਰ ਦਾ ਫਾਇਦਾ ਲੈ ਸਕਣ ਇਸ ਨਾਲ ਪਰ ਏਕੜ ਉਹਨਾਂ ਨੂੰ ਜਿਹੜੀ ਆਪਣੀ ਫਸਲ ਦੀ ਬਦਲਾਅ ਹੈ ਉਹਨੂੰ ਕਰਨ ਦੇ ਨਾਲ ਉਹ ਜਿਹੜਾ ਸਾਡਾ ਪ੍ਰੋਜੈਕਟ ਹੈ ਜੋ ਸਾਡਾ ਇੰਡਸਟਰੀ ਹੈ ਉਹਨੂੰ ਬਹੁਤ ਵੱਡਾ ਫਾਇਦਾ ਦਿਊਗੀ ਬਹੁਤ ਬਹੁਤ ਧੰਨਵਾਦ ਕਰਨ ਸਾਬ ਸੋ ਗੁਰਪ੍ਰੀਤ ਸਿੰਘ ਕਾਂਗੜ ਸਾਡੇ ਨਾਲ ਸਨ ਗੁਰਪ੍ਰੀਤ ਸਿੰਘ ਕਾਂਗੜ ਪ੍ਰਚਾਰ ਪ੍ਰਸਾਰ ਕਰ ਰਹੇ ਨੇ ਹਲਕੇ ਦੇ ਲੋਕਾਂ ਦੇ ਵਿੱਚ ਜਾ ਕੇ ਵਿਚਰ ਰਹੇ ਨੇ ਔਰ ਉਹਨਾਂ ਨੂੰ ਕੰਮ ਦੱਸ ਰਹੇ ਨੇ ਕਿ ਇਹ ਕੰਮ ਅਸੀਂ ਕੀਤੇ ਨੇ ਤੇ ਨਾਲ ਹੀ ਇਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਟੱਕਰ ਹੋਏਗੀ ਸਿਰਫ ਅਕਾਲੀ ਦਲ ਦੇ ਨਾਲ ਤੇ ਨਾਲ ਹੀ ਕਹਿੰਦੇ ਕਿ ਮੈਂ ਲੋਕਾਂ ਦੇ ਵਿੱਚ ਜਾ ਰਿਹਾ ਹਾਂ ਬਹੁਤੇ ਕੰਮ ਨਹੀਂ ਗਿਣਾ ਰਿਹਾ ਮੈਂ ਜਿਹੜੇ ਕੰਮ ਕੀਤੇ ਆ ਉਹ ਨਜ਼ਰ ਆ ਰਹੇ ਨੇ ਲੋਕਾਂ ਨੂੰ ਪਰ ਦੇਖਣਾ ਇਹ ਹੈ ਕਿ ਲੋਕ ਕਿੰਨਾ ਯਕੀਨ ਕਰਨਗੇ ਤੇ ਕਿਹਦੇ ਹੱਕ ਦੇ ਵਿੱਚ ਫਤਵਾ ਦੇਣਗੇ ਕੈਮਰਾ ਪਰਸਨ ਵਿੱਕੀ ਜਰਖੜ ਦੇ ਨਾਲ ਵਿਕਰਮ ਸਿੰਘ ਪ੍ਰੋ ਪੰਜਾਬ ਟੀਵੀ ਰਾਮਪੁਰਾ ਫੂਲ